ਨਮਸਕਾਰ ਅੱਜ ਵਾਇਸ ਅਗੇਂਸਟ ਕ੍ਰਾਈਮ ਐਂਡ ਕਰਪਸ਼ਨ ਮਾਲੇਰਕੋਟਲਾ ਦੀ ਟੀਮ ਦੀ ਤਰਫ ਤੋਂ 10 ਜੁਲਾਈ 2022 ਨੂੰ ਹੋਮ ਫਾਰ ਦਾ ਬਲਾਈਂਡ ਐਂਡ ਡਿਸੇਬਲ ਸਕੂਲ ਵਿੱਚ ਬੱਚਿਆਂ ਦੀ ਰੋਟੀ ਲਈ ਉਪਰਾਲਾ ਕੀਤਾ ਗਿਆ ਜਿਸ ਵਿੱਚ ਪੰਜਾਬ ਪ੍ਰਧਾਨ ਰਾਜ ਕੁਮਾਰ ਵਾਇਸ ਪ੍ਰਧਾਨ ਪੰਜਾਬ ਵਿਜੇ ਕੁਮਾਰ ਜ਼ਿਲ੍ਹਾ ਪ੍ਰਧਾਨ ਸੰਗਰੂਰ ਜਗਤਾਰ ਸਿੰਘ ਜ਼ਿਲ੍ਹਾ ਮਲੇਰਕੋਟਲਾ ਇਨਵੈਸਟੀਗੇਸ਼ਨ ਆਫਿਸਰ ਸ਼੍ਰੀਮਤੀ ਰਜੀਆ ਅਤੇ ਹੋਰ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਬੰਦ ਹੋ ਰਿਹਾ ਕੋਈ ਨਹੀਂ।